अज हालगेट दे कोतवाली विखे साबका सैनिक संघर्ष कमेटी वालों रोस प्रदर्शन किया गया। प्रदर्शन का कारण स्थानक पंजाब एंड सिंध बैंक अते निजी सिक्योरिटी एजेंसी वालों मिली भुगत करके 50 सालों तो वध उम्र वाले साबका सैनिकां नूं नौकरी तो कढ देना दस्सिया जा रहा है। कमेटी के प्रधान प्रगट सिंह के मुताबिक भारतीय संविधान के मुताबिक किसी भी साबका सैनिक नूं निजी जां सरकारी अदारा 58 साल की उम्र तो पहला नौकरी तो नहीं कढ सकदा, पर बैंक अते सिक्योरिटी एजेंसी ने कानून दीआं धज्जियां उडाउंदे होए उन्हां दे साबका सैनिक भरावां नूं नौकरी तो कढ दित्ता है। उन्हां इस मौके पुलिस अते प्रशासन नूं इक मंग पत्र दित्ता है, जिस विच उन्हां प्रशासन नूं मंगलवार तक उन्हां दीआं मंगां ना मन्ने जाण ते बैंक नूं ताले मार के प्रदर्शन करन दी चेतावनी दित्ती है। सानूं जो है पंजाब एंड सिंध बैंक दे जो गनमैन जिहड़े पिछले 12-13 सालों तो कम कर रहे आ उन्हां दी लिखती कंप्लेंट मिली सी कि सानूं जो गनमैन 50 साल तो उम्र पूरी कर चुके जां 50 साल तो उपर वाले आ उन्हां नूं जो है गनमैन दी ड्यूटी तो कढ़िया जा रहा, तो असीं इन्हां दी हैल्प वास्ते इन्हां दा साथ देण वास्ते इत्थे आए हां। तो अगर ਤਾਂ ਅਸੀਂ ਸਾਰੇ ਈਮੇਲਾਂ ਕੱਢ ਚੁੱਕੇ ਹਾਂ ਸੰਬੰਧਿਤ ਸਾਰੇ ਡਿਪਾਰਟਮੈਂਟਾਂ ਨੂੰ, CMD ਪੰਜਾਬ ਐਂਡ ਸਿੰਧ ਬੈਂਕ ਅਤੇ ਦੂਸਰੀ ਮੈਨੇਜਮੈਂਟ ਨੂੰ, ਸਾਰੇ ਨੂੰ ਅਸੀਂ ਜੋ ਆਪਣੇ ਵੱਲੋਂ ਦੇ ਚੁੱਕੇ ਹਾਂ ਮੰਗ ਪੱਤਰ ਕਿ ਇਹੋ ਜਿਹਾ ਗਲਤ ਕੰਮ ਨਹੀਂ ਹੋਣਾ ਚਾਹੀਦਾ, ਕਿਉਂਕਿ ਇੰਡੀਅਨ ਕਾਨੂੰਨ ਦੇ ਮੁਤਾਬਕ 58 ਸਾਲ ਦੀ ਉਮਰ ਔਥਰਾਈਜ਼ ਹੈ। 58 ਸਾਲ ਤੋਂ ਪਹਿਲਾਂ ਕਿਸੇ ਵੀ ਇੰਪਲਾਈ ਨੂੰ ਨਹੀਂ ਕੱਢਿਆ ਜਾ ਸਕਦਾ। ਇਹ ਜੋ ਬੈਂਕ ਦੀ ਮੈਨੇਜਮੈਂਟ ਹੈ ਉਹ ਧੱਕੇਸ਼ਾਹੀ ਦੇ ਨਾਲ ਜਿਹੜਾ ਵਾ ਉਹ ਆਪਣੇ ਕੋਲੋਂ ਕਾਨੂੰਨ ਬਣਾ ਸਕਦੀ ਆ, ਨਹੀਂ ਬਣਾ ਸਕਦੀ, ਪਰ ਇਹ ਆਪਣੇ ਕੋਲੋਂ ਕਾਨੂੰਨ ਜਿਹੜਾ ਉਹ ਪਾਸ ਕਰਕੇ 50 ਸਾਲ ਤੋਂ ਘੱਟ ਉਮਰ ਵਾਲੇ ਇਹਨਾਂ ਨੇ ਕਿਹਾ ਕਿ ਅਸੀਂ ਰੱਖਣੇ ਆ, ਜਦਕਿ ਕਾਨੂੰਨੀ ਤੌਰ 'ਤੇ ਕਿਸੇ ਵੀ ਹਾਲਤ ਦੇ ਵਿੱਚ 58 ਸਾਲ ਤੋਂ ਘੱਟ ਉਮਰ ਦੇ ਗਨਮੈਨ ਨੂੰ ਨਹੀਂ ਕੱਢ ਸਕਦੇ। ਅਗਰ ਮੈਨੇਜਮੈਂਟ ਮੰਨ ਜਾਂਦੀ ਆ ਤਾਂ ਠੀਕ ਹੈ, ਜੇਕਰ ਨਹੀਂ ਮੰਨਦੀ ਤਾਂ ਮੰਗਲਵਾਰ ਸੂਬਾ ਜੋ ਹੈ ਇਹ ਜੋਨ ਬੈਂਕ ਜਿੱਥੇ ਅਸੀਂ ਖੜ੍ਹੇ ਹਾਂ ਇਹਦੇ 'ਤੇ ਸਵੇਰੇ ਅਸੀਂ ਸੁਬਾਹ ਆਣ ਕੇ ਆਪਣਾ ਤਾਲਾ ਲਾ ਦੇਵਾਂਗੇ, ਔਰ ਆਹ ਜੋ ਰੋਡ ਜਾ ਰਿਹਾ ਇਹ ਰੋਡ ਨੂੰ ਬਲੋਕ ਕਰਕੇ ਬੈਂਕ ਨਹੀਂ ਖੁੱਲ੍ਹਣ ਦਿੱਤੀ ਜਾਊਗੀ। ਪ੍ਰਸ਼ਾਸਨ ਬੈਂਕ ਜੋ ਸਾਡੇ 'ਤੇ ਕਾਰਵਾਈ ਕਰਨੀ ਚਾਹੁੰਦਾ ਉਹ ਕਰ ਸਕਦਾ। ਅਸੀਂ ਪਹਿਲਾਂ ਹੀ ਆਪਣੀ ਜੋ ਹੈ ਖੁੱਲ੍ਹੇ ਤੌਰ 'ਤੇ ਵਾਰਨਿੰਗ ਦੇ ਚੁੱਕੇ ਹਾਂ, ਜਾਂ ਤਾਂ ਇਹਨਾਂ ਦੇ ਨਾਲ ਇਹ ਧੱਕੇਸ਼ਾਹੀ ਬੰਦ ਕੀਤੀ ਜਾਵੇ, ਅਦਰਵਾਈਜ਼ ਜਿਹੜੇ ਆਉਣ ਵਾਲੇ ਨਤੀਜੇ ਹੈ ਉਹਨਾਂ ਲਈ ਜ਼ਿੰਮੇਵਾਰ ਪ੍ਰਸ਼ਾਸਨ, ਸਿਕਿਉਰਿਟੀ ਏਜੰਸੀ ਅਤੇ ਪੰਜਾਬ ਐਂਡ ਸਿੰਧ ਬੈਂਕ ਦੀ ਹੋਏਗੀ। ਇਹ ਵੀ ਗਨਮੈਨ ਇੱਥੇ ਖੜ੍ਹੇ ਨੇ, ਇਹ ਪਿਛਲੇ 12-13 ਸਾਲਾਂ ਤੋਂ ਇਸ ਬੈਂਕ ਦੇ ਵਿੱਚ ਡਿਊਟੀ ਕਰ ਰਹੇ ਆ। ਇਹਨਾਂ ਦੇ ਨਾਲ ਸਿਕਿਉਰਿਟੀ ਅਫਸਰ ਪਲੱਸ ਏਜੰਸੀ ਪਲੱਸ ਬੈਂਕ ਦੇ ਆਫਿਸਰ ਸੀਨੀਅਰ ਮਿਲ ਕੇ ਪਤਾ ਨਹੀਂ ਇਹਨਾਂ ਦਾ ਕੀ ਮੁੱਦਾ ਹੈ, ਇਹ ਨਵੇਂ ਗਨਮੈਨ ਭਰਤੀ ਕਰਨਾ ਚਾਹੁੰਦੇ ਆ, ਪੁਰਾਣਿਆਂ ਨੂੰ ਕੱਢਣਾ ਚਾਹੁੰਦੇ ਆ। ਸਾਨੂੰ ਸ਼ੱਕ ਹੈ ਔਰ ਯਕੀਨ ਵੀ ਹੈ ਕਿ ਇਹਦੇ ਵਿੱਚ ਕੋਈ ਰਿਸ਼ਵਤ ਹੋ ਸਕਦੀ ਹੈ ਜਾਂ ਕੋਈ ਇਹੋ ਜਿਹਾ ਮੁੱਦਾ ਹੋ ਸਕਦਾ ਹੈ। ਨੇ ਸਾਨੂੰ ਕੱਢਣ ਦਾ ਕੋਈ ਮਤਲਬ ਨਹੀਂ ਹੋ ਸਕਦਾ ਕਿ 50 ਸਾਲ ਤੋਂ ਦੀ ਸਰਵਿਸ ਵਿੱਚ ਸਾਨੂੰ ਕੱਢ ਦਿੱਤਾ ਜਾਵੇ, ਜਦਕਿ RBI ਦਾ ਕਾਨੂੰਨ ਹੈ, ਹਿੰਦੁਸਤਾਨ ਦਾ ਕਾਨੂੰਨ ਹੈ ਕਿ ਹਰ ਗਨਮੈਨ ਜਾਂ ਕੋਈ ਵੀ ਜਿਹੜਾ ਇੰਪਲਾਈ ਆ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਆ, ਉਹ 60 ਸਾਲ ਜਾਂ 58 ਸਾਲ ਤੱਕ ਨੌਕਰੀ ਕਰ ਸਕਦਾ। ਅਸੀਂ ਸਰਕਾਰ ਤੋਂ ਇਹ ਮੰਗਦੇ ਹਾਂ ਕਿ ਇਹ ਗਨਮੈਨਾਂ ਦੇ ਨਾਲ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ, ਜੋ RBI ਦਾ ਕਾਨੂੰਨ ਹੈ, ਜੋ ਇੰਡੀਅਨ ਗੌਰਮੈਂਟ ਕਾਨੂੰਨ ਬਣਾਉਂਦੀ ਆ, ਉਸੇ ਮੁਤਾਬਕ ਸਾਨੂੰ ਵੀ 58 ਸਾਲ ਨੌਕਰੀ ਕਰਨੀ ਦਿੱਤੀ ਜਾਵੇ। ਅੰਮ੍ਰਿਤਸਰ ਤੋਂ ਕੈਮਰਾਮੈਨ ਅਸ਼ਵਨੀ ਕੁਮਾਰ ਦੇ ਨਾਲ ਸਿਮਰਪ੍ਰੀਤ ਸਿੰਘ, ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ, ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋਣ। ਸੋ ਦੇਰ ਨਾ ਕਰੋ ਤੇ ਹੁਣੇ ਸੰਪਰਕ ਕਰੋ 9988645447 ਤੇ, ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓਡਾਟਾ ਵੀ ਭੇਜ ਸਕਦੇ ਹੋ। ਸਾਡੀ ਈਮੇਲ ID ਹੈ feedback@khabarharpalindia.com।